ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਮੋਗਾ ਦੇ ਨੇਚਰ ਪਾਰਕ ਵਿਖੇ ਹੋਈ ਹੈ। ਇਸ ਮੀਟਿੰਗ ਵਿੱਚ ਯੂਨੀਅਨ ਦੇ ਪੰਜਾਬ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ ਮੁੱਖ ਤੌਰ ਤੇ ਸ਼ਿਰਕਤ ਕੀਤੀ। ਇਸ ਮੀਟਿੰਗ ਵਿੱਚ ਜ਼ਿਲ੍ਹੇ ਭਰ ਤੋਂ ਆਏ ਸੈਂਕੜੇ ਦੀ ਗਿਣਤੀ ਵਿੱਚ ਯੂਨੀਅਨ ਨਾਲ ਜੁੜੇ ਕਿਸਾਨ ਮੌਜੂਦ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਜਮੇਰ ਸਿੰਘ ਨੇ ਕਿਹਾ ਕਿ ਆਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਲੈ ਕੇ ਪੰਜਾਬ ਭਰ ਵਿੱਚ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ 4 ਮਾਰਚ ਤੋਂ ਪਹਿਲਾਂ ਪਸ਼ੂਆਂ ਨੂੰ ਫੜ ਕੇ ਗੌਸ਼ਾਲਾ ਵਿੱਚ ਭੇਜਿਆ ਜਾਵੇ, ਨਹੀਂ ਤਾਂ ਉਹਨਾਂ ਦੀ ਯੂਨੀਅਨ ਵੱਲੋਂ ਆਵਾਰਾ ਪਸ਼ੂਆਂ ਨੂੰ ਫੜ ਕੇ ਡਿਪਟੀ ਕਮਿਸ਼ਨਰ ਅਤੇ ਹੋਰ ਸਰਕਾਰੀ ਦਫ਼ਤਰਾਂ ਵਿੱਚ ਛੱਡ ਦਿੱਤਾ ਜਾਵੇਗਾ। ਤੇ ਨਾਲ ਹੀ ਉਹਨਾਂ ਕੇਂਦਰ ਸਰਕਾਰ ਤੇ ਵਰਦੇ ਹੋਏ ਕਿਹਾ ਕਿ ਦੇਸ਼ ਵਿੱਚ ਇੰਨੀ ਕਣਕ ਹੋਣ ਦੇ ਬਾਵਜੂਦ ਵੀ ਸਰਕਾਰ ਵਿਦੇਸ਼ਾਂ ਤੋਂ ਕਣਕ ਮੰਗਵਾ ਰਹੀ ਹੈ, ਜਦਕਿ ਕਣਕ ਦਾ ਸੀਜ਼ਨ ਸਿਰ ਤੇ ਹੈ। ਆਵਾਰਾ ਪਸ਼ੂਆਂ ਦੀ ਹੈ ਇਹ, ਅਸੀਂ ਅਲਟੀਮੇਟਮ ਦਿੱਤਾ ਹੋਇਆ ਵੀ ਜੇ 4 ਮਾਰਚ ਤੱਕ ਇਹਨਾਂ ਨੇ ਨਾ ਸਾਂਭੇ ਤਾਂ ਅਸੀਂ ਇਹਨਾਂ ਡੰਗਰਾਂ ਨੂੰ ਵੱਡੀ ਗਿਣਤੀ ਵਿੱਚ ਲਿਆ ਕੇ DC ਕੋਰਟਾਂ ਅਤੇ ਸਰਕਾਰੀ ਅਦਾਰਿਆਂ ਵਿੱਚ ਛੱਡਾਂਗੇ। ਇਸ ਤੋਂ ਅਗਲੀ ਗੱਲ ਜਿਹੜੀ ਹੈ, ਕਿਉਂਕਿ ਇਸ ਸਾਲ ਕਣਕ ਇਹ ਬਾਹਰੋਂ ਮੰਗਾ ਰਹੇ ਆ, ਬੜੇ ਦੁੱਖ ਦੀ ਗੱਲ ਆ ਵੀ ਇੱਥੇ ਕਣਕ ਆਉਣ ਵਾਲੀ ਹੈ ਅਤੇ ਬਾਹਰੋਂ ਮੰਗਾ ਰਹੇ ਆ, ਅਤੇ ਕਣਕ ਦੇ ਭਾਅ ਤੋਂ ਭੱਜਣ ਲਈ ਤਿਆਰ ਆ। ਜਿਵੇਂ FCI ਨੇ ਕਹਿਤਾ ਵੀ ਅਸੀਂ ਹਰਿਆਣੇ 'ਚੋਂ ਨਹੀਂ ਖਰੀਦਣੀ, ਇਸੇ ਤਰ੍ਹਾਂ ਇੱਥੇ ਵੀ ਨਹੀਂ ਖਰੀਦਣੀ, ਔਰ ਸੈਂਟਰ ਦੇ ਖਿਲਾਫ ਅਸੀਂ ਵੱਡਾ ਜਦੋਜਹਿਦ ਕਰਨ ਵਾਸਤੇ ਤਿਆਰੀ ਵਿੱਢ ਰਹੇ ਹਾਂ, ਸਾਰੇ ਸੂਬਿਆਂ 'ਚ ਸਾਡੀ ਤਿਆਰੀ ਹੋ ਰਹੀ ਹੈ। ਇਸੇ ਤਰ੍ਹਾਂ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਜਿਹੜੀ ਆ ਪੰਜਾਬ ਸਰਕਾਰ ਤੋਂ ਤਾਂ ਅਸੀਂ ਅਸੈਂਬਲੀ 'ਚ ਪਾਸ ਕਰਾਤਾ ਸੀ, ਪਰ ਸੈਂਟਰ ਅਜੇ ਉਹਨੂੰ ਲਾਗੂ ਨਹੀਂ ਕਰਦਾ, ਅਤੇ ਕਿਸਾਨਾਂ ਦੇ ਕਰਜ਼ੇ ਜਿਹੜੇ ਨੇ ਉਹ ਛੱਡੇ ਨਹੀਂ ਗਏ। ਜਿਹੜਾ ਹੁਣ ਬਿੱਲ ਸੈਂਟਰ ਨੇ ਲਿਆਂਦਾ ਜਾਂ ਚੱਲ ਰਿਹਾ ਸੈਸ਼ਨ, ਉਹਦੇ ਵਿੱਚ ਕਿਸਾਨਾਂ ਨੂੰ ਕੋਈ ਬਹੁਤੀ ਵੱਡੀ ਰਾਹਤ ਨਹੀਂ ਦਿੱਤੀ ਗਈ। ਸਿਰਫ ਇੰਨਾ ਹੀ ਕਿਹਾ ਗਿਆ ਬਈ ਤੁਹਾਨੂੰ ਕਰਜ਼ਾ ਵਧਾਤਾ ਜੀ, ਕਰਜ਼ਾ ਵੱਧ ਲੈ ਸਕਦੇ ਹੋ, ਅੱਗੇ ਸਾਡੇ ਜੁੰਮੇ ਤਾਂ ਬਹੁਤ ਕਰਜ਼ਾ, ਅਤੇ ਹੋਰ ਕਰਜ਼ਾ ਲੈ ਕੇ ਅਸੀਂ ਰੋਜ਼ ਤਾਂ ਸੁਇਸਾਈਡ ਕਰ ਰਹੇ ਹਾਂ।